हां जी, किदा सारे सारिआं नूं सत श्री अकाल जी। ते सारिआं नूं मुबारकां होण वीर, तुहाडे ने लाइसेंस लिया है जी कार दा कनेडा च। सारे कॉन्ग्रेचुलेशंस, कॉन्ग्रेचुलेशंस लिखो। ते तुहाडे नाल कुछ गल्लां सांझियां करदे आं भई जिहड़ा साडा अपनी लोकां दी सोच आ, पंजाबीआं दी, इंडियन दी, ओह की आ, तुहाडे नाल हुण मैं गल्लां सांझा करदे आं। सो शुक्रिया सारिआं दा। सो इह 2023 मेरे लई काफी चंगा रिहा। ਸੋ ਆਪਾਂ ਪੀਆਰ ਵੀ ਹੋਏ, ਜੋ ਵੀ ਆ ਲਾਇਸੈਂਸ ਲੈ ਲਿਆ ਆ, ਤੇ ਇੱਥੇ ਦਾ ਤੁਹਾਨੂੰ ਮੈਂ ਚੀਜ਼ਾਂ ਕੁਛ ਦੱਸਦਾ। ਹਾਂਜੀ, ਸੋ ਸ਼ੁਕਰੀਆ ਸਾਰਿਆਂ ਦਾ। ਸਾਡੇ ਜਿਹੜਾ ਸੱਭਿਆਚਾਰ ਹੈ ਇਹ ਕੰਪੇਅਰ ਕੀਤਾ ਜਾਂਦਾ ਕਿਸੇ ਦੂਜੇ ਨਾਲ। ਹੁਣ ਤੁਸੀਂ ਦੱਸਣਾ ਆਪਣਾ, ਤੁਸੀਂ ਦੱਸਿਓ ਤੁਸੀਂ ਕਿਹੜੀ ਉਮਰ ਚ ਗੱਡੀ ਚਲਾਉਣੀ ਸਿੱਖ ਗਏ ਸੀ ਜਾਂ ਲਾਇਸੈਂਸ ਲੈ ਲਿਆ ਸੀਗਾ। ਹਾਂਜੀ, ਹੁਣ ਮੰਨ ਲਓ ਮੇਰੀ ਉਮਰ 37-38 ਸਾਲ ਆ, ਇੱਥੇ ਨਿਆਣੇ ਆ ਉਹਨਾਂ ਕੋਲ 18 ਸਾਲ ਦੀ ਉਮਰ ਚ ਲਾਇਸੈਂਸ ਹੁੰਦਾ। ਹੁਣ ਇਹਦਾ ਇਹ ਮੀਨਿੰਗ ਥੋੜਾ ਵੀ ਮੈਂ ਉਹਨਾਂ ਤੋਂ 20 ਸਾਲ ਪਿੱਛੇ ਆ, ਸਮਝੇ ਨਾ ਮੇਰੀ ਗੱਲ। ਪਰ ਸਾਡੀ ਲੋਕਾਂ ਦੀ ਸੋਚ ਇਹ ਆ। ਹਾਂਜੀ, ਉਹ ਮੈਂ ਤੁਹਾਨੂੰ ਕੁਛ ਉਦਾਹਰਣਾਂ ਦਿੰਦਾ। ਹੁਣ KFC ਆ, ਦੁਨੀਆ 'ਚ ਸਾਰਿਆਂ ਤੋਂ ਜ਼ਿਆਦਾ ਚਿਕਨ ਉਹ ਵੇਚਦੇ ਆ। ਉਹਦਾ ਮਾਲਕ ਕੋਲਨਲ ਸੈਂਡਰਸ 60-62 ਸਾਲ ਦੀ ਉਮਰ ਤੱਕ ਲੋਕਾਂ ਦੇ ਦਰਵਾਜ਼ੇ ਖੜਕਾ ਕੇ ਕਹਿੰਦਾ ਸੀ ਚਿਕਨ ਲੈ ਲਓ ਭਾਈ, ਚਿਕਨ ਲੈ ਲਓ। 65 ਸਾਲ ਦੀ ਉਮਰ 'ਚ ਉਹਨੇ KFC ਓਪਨ ਕੀਤਾ ਸੀਗਾ। ਹੁਣ ਤੁਹਾਨੂੰ KFC ਤੁਹਾਨੂੰ ਪਤਾ ਹੀ ਆ। ਹਾਂਜੀ, ਸੋ ਗੱਲ ਉਹੀ ਆ, ਗੋਰੇ ਨੀ ਇੱਦਾਂ ਕੰਪੇਅਰ ਕਰਦੇ। ਗੋਰੇ 90-90 ਸਾਲ ਦੀ ਉਮਰ 'ਚ ਵੀ ਡਿਗਰੀਆਂ ਲੈਂਦੇ ਆ। ਸਾਡੇ ਵਾਲੇ ਪਾਸੇ ਹੀ ਆ। ਹੁਣ ਫਿਰ ਇੱਕ ਹੋਰ ਉਦਾਹਰਣ ਦਿੰਦਾ ਤੁਹਾਨੂੰ। ਹੁਣ ਲਾਈਕ ਜਿਹੜਾ ਓਬਾਮਾ ਸੀਗਾ, ਉਹ 40-45 ਸਾਲ ਦੀ ਉਮਰ 'ਚ ਰਾਸ਼ਟਰ ਬਹੁ ਹੋਇਆ। ਹਾਂਜੀ, ਸਾਰਿਆਂ ਨੂੰ ਪਤਾ ਅਮਰੀਕਾ ਦਾ, ਠੀਕ ਆ। ਉਹ 2 ਵਾਰੀ ਹੋ ਕੇ ਬਾਈ ਜੀ ਉਹਨੇ ਸੰਨਿਆਸ ਵੀ ਲੈ ਲਿਆ ਸੀ, ਤੇ ਆਪਣੇ ਟਰੰਪ ਬਾਈਡਨ ਹੁਣੀ 77 ਸਾਲ ਦੀ ਉਮਰ 'ਚ ਹੋਏ ਆ। ਉਹ 50 ਦੀ ਉਮਰ ਤੋਂ ਪਹਿਲਾਂ ਕਰਕੇ ਅਮਰੀਕਾ ਦਾ ਸਾਰਾ ਕੁਛ ਸੰਨਿਆਸ ਵੀ ਲੈ ਗਿਆ। ਸੋ ਸਮਝੇ ਨਾ, ਜਦੋਂ ਜਿਹੜਾ ਸਮਾਂ ਆਉਣਾ ਉਦੋਂ ਹੀ ਆਉਣਾ ਆ, ਠੀਕ ਆ। ਸੋ ਮੈਂ, ਹਾਂਜੀ, ਜੇ ਮੈਨੂੰ ਪੁੱਛਿਆ ਜਾਵੇ ਭਾਈ ਲਾਇਸੈਂਸ ਤੂੰ ਇੰਨੀ ਉਹ ਕਿਉਂ ਹੋਇਆ, ਆਉਂਦਾ ਹੀ ਆ ਵੀ ਇੰਨੀ ਉਮਰ ਹੋ ਗਈ ਆ ਵੀ ਲਾਇਸੈਂਸ ਕਿਉਂ ਨਹੀਂ ਸੀ ਲਿਆ। ਥੋੜੀ ਜਿਹੀ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦਾ। ਸੋ ਇੱਥੇ ਜਿਹੜੇ ਇੱਥੇ ਆਉਂਦੇ ਨਿਆਣੇ ਨਵੇਂ, ਉਹ ਬਹੁਤ ਦਿਲ ਬਹੁਤ ਛੇਤੀ ਹਾਰਦੇ ਆ। ਹਾਂਜੀ, ਸੋ ਲਾਈਕ ਸਮਝਾਇਆ ਕਰੋ, ਤੁਹਾਡੇ ਸਾਰਿਆਂ ਦੇ ਧੀ ਪੁੱਤ ਆਏ ਹੋ ਆ, ਦਿਲ ਛੱਡ ਜਾਂਦੇ ਕਾਹਦੇ ਲਈ, ਕੰਮ ਨਹੀਂ ਮਿਲਦਾ ਕਰਕੇ। ਬਸ ਇੰਨੀ ਕੁ ਗੱਲ ਪਿੱਛੇ, ਕੰਮ ਨਹੀਂ ਮਿਲਦਾ ਕਰਕੇ ਦਿਲ ਛੱਡ ਜਾਂਦੇ ਆ, ਸਮਝੇ ਨਾ। ਸੋ ਭਰਾਵੋ, ਦੁਨੀਆ 'ਚ ਕਾਫੀ ਦੁੱਖ ਆ। ਮੈਂ ਕੱਲੇ ਇੱਕ ਉਹ ਕਰਨ ਡਿਆ ਸੀ, ਤੁਸੀਂ ਇੱਕ ਸੁਣੀ ਹੋਣੀ ਆ, 2 ਭਰਾ ਆਪਣੇ ਪੰਜਾਬੀ ਟਾਇਰਾਂ 'ਚ ਲੋਕੇ ਪਲੇਨ ਦੇ ਅੱਜ ਗਏ ਸੀਗੇ UK ਨੂੰ। ਹਾਂਜੀ, ਸੈਣੀ ਸੀ ਉਹਨਾਂ ਦਾ ਨਾਮ ਹੈ ਸਾਰਾ। ਕੱਲ ਮੈਂ ਸਾਰਾ ਇਹੀ ਕੇਸ ਸਟੱਡੀ ਕਰਦਾ ਪਿਆ ਸੀ ਵੀ ਕਿੰਨੇ ਅੱਜ ਤੱਕ ਕਿੰਨੇ ਲੋਕ ਪਲੇਨ ਦੇ ਟਾਇਰਾਂ 'ਚ ਲੋਕੇ ਕਿੱਥੇ ਪਹੁੰਚੇ ਆ। ਹੁਣ ਕੱਲ ਦੀ ਇੱਕ ਮੈਂ ਦੇਖਣ ਡਿਆ ਸੀ, ਪੈਰਿਸ 'ਚ ਇੱਕ ਉੱਤੇ ਟਾਇਰਾਂ 'ਚੋਂ ਡਿੱਗਿਆ। ਸਮਝੇ ਨਾ ਬਈ ਮੈਂ ਕਹਿਣਾ ਕੀ ਚਾਹੁੰਦਾ ਆ। ਹੁਣ ਸ਼ਿਪ ਲਾਉਂਦੇ ਆ, 20-20 ਦਿਨ ਲਾਉਂਦੇ ਸ਼ਿਪ, ਵੀ ਬੇਚਾਰੇ ਕਈ ਦੇਸ਼ਾਂ 'ਚ ਇੰਨੇ ਮਾੜੇ ਹਾਲ ਆ, ਉਹ ਸ਼ਿਪ ਦੇ ਬਾਹਰਲੇ ਪਾਸੇ ਬਹਿ ਕੇ ਆਉਂਦੇ ਆ ਵੀ ਆਪਾਂ ਪਹੁੰਚ ਜਾਈਏ। ਉਹ ਸਪੇਨ ਪਹੁੰਚੇ 20 ਦਿਨ ਭੁੱਖੇ ਭਾਣੇ ਸਮੁੰਦਰਾਂ 'ਚ ਹੀ, ਤੇ ਪਹੁੰਚਿਆਂ ਨੂੰ ਉਹਨਾਂ ਨੂੰ ਫੇਰ ਵਾਪਸ ਕਰਤਾ। ਸਮਝੇ ਨਾ, ਗੱਲ ਉਹੀ ਆ। ਅਸੀਂ ਜਿਹੜੇ ਪੰਜਾਬੀ ਲੋਕ, ਸਾਡਾ ਜੀਵਨ ਠੀਕ ਆ ਬਾਕੀ ਲੋਕਾਂ ਦੇ ਕੰਪੇਅਰ, ਜੇ ਆਪਾਂ ਆਮ, ਮੈਂ ਵੀ ਆਮ ਆ ਮਿਡਲ ਕਲਾਸ, ਤੁਸੀਂ ਵੀ ਸਾਰੇ, ਬਹੁਤ ਅਰਬਾਂ ਲੋਕਾਂ ਨਾਲੋਂ ਸਾਡੀ ਲਾਈਫ ਸਹੀ ਆ। ਪਰ ਆਪਾਂ ਉਹੀ ਉਹੀ ਮਰੂ ਮਰੂ ਯਾਰ, ਸਾਡੀ ਕਿਸਮਤ ਮਾੜੀ, ਸਾਡਾ ਵੀਜ਼ਾ ਨਹੀਂ ਲੱਗਿਆ, ਮਰ ਗਏ, ਲੁੱਟ ਗਏ, ਗਰੀਬੀ, ਸਮਝੇ ਨਾ। ਸੋ ਦੂਜੇ ਵੱਲ ਦੇਖਿਆ ਕਰੋ ਹਮੇਸ਼ਾ ਵੀ ਭਾਈ, ਹਾਂਜੀ ਸਹੀ ਹੈ ਨਾ। ਸੋ ਤੁਹਾਨੂੰ ਇਹ ਥੋੜੋ ਕਰਨਾ ਪੈਂਦਾ ਵੀ ਪਲੇਨ ਦੇ ਟਾਇਰ 'ਚ ਲੋਕੇ ਯਾਰ ਜਾਨ ਤਲੀ ਤੇ ਲਾ ਗਏ, ਵੀ ਇੰਨੇ ਤੰਗ ਥੋੜੋ ਆ ਤੁਸੀਂ ਵੀ ਸ਼ਿਪ ਦੇ ਬਾਹਰਲੇ ਪਾਸੇ ਬਹਿ ਕੇ ਸਮੁੰਦਰਾਂ 'ਚ 20-20 ਦਿਨ, ਤੁਸੀਂ ਇੰਨੇ ਤੰਗ ਤਾਂ ਨਹੀਂ ਹੈਗੇ, ਠੀਕ ਹੈ ਨਾ। ਰੋਟੀ ਪਾਣੀ ਮਿਲਦਾ 2 ਸਮੇਂ ਦਾ, ਠੀਕ ਆ, ਕਾਫੀਆਂ ਨਾਲੋਂ ਚੰਗੇ ਆ। ਸੋ ਲਾਇਸੈਂਸ ਮਿਲਿਆ ਜੀ ਸਾਨੂੰ, ਇੱਥੇ ਲਾਇਸੈਂਸ ਦੀ ਮੈਂ ਇੱਕ ਚੀਜ਼ ਦਿਖਾਉਣਾ। ਸੋ ਮੈਨੂੰ ਮਿਲਿਆ ਜੀ, ਇੱਕ ਮਿੰਟ, ਵਿੱਚ ਮੇਰਾ ਕਈ ਕੁਛ ਆ, ਐਡਰੈਸ ਅਡਰੂਸ ਉਹ ਥੋੜਾ ਲਕੋਲਮਾ, ਤੁਹਾਨੂੰ ਮੈਂ ਦਿਖਾਉਣਾ ਇੱਕ ਚੀਜ਼, ਠੀਕ ਆ ਜੀ। ਸੋ ਮੈਨੂੰ ਮਿਲਿਆ ਜੀ, ਕਲਾਸ 7 ਕਹਿੰਦੇ ਆ ਇਹਨੂੰ, ਕਿੱਥੇ ਆ ਕਲਾਸ 7, ਆ ਜਿੱਥੇ ਮੇਰੀ ਉਂਗਲੀ ਆ, ਇੱਥੇ 7 ਲਿਖਿਆ ਆ, ਆ ਦੇ ਆ 7 ਲਿਖਿਆ ਨਾ, ਪੁੱਠਾ ਦਿਖਦਾ ਹੋਣਾ ਤੁਹਾਨੂੰ, ਇਹ 7 ਕਲਾਸ 7। ਸੋ ਮੈਨੂੰ ਕਲਾਸ 7 ਦਾ ਮਿਲਿਆ ਇੱਥੇ ਦਾ, ਮੈਂ ਤੁਹਾਨੂੰ ਸਮਝਾ ਦਿੰਦਾ ਥੋੜਾ, ਤੁਹਾਡੇ ਵੀ ਕੰਮ ਆਜੂ ਜਿਹਨੇ ਕੈਨੇਡਾ ਆਉਣਾ ਜਾਂ ਨਹੀਂ ਵੀ ਆਉਣਾ। ਇੱਥੇ ਭਰਾਵੋ ਤੁਹਾਨੂੰ ਇੱਕ ਹੋਰ ਗੱਲ ਸਾਂਝੀ ਕਰਦਾ। ਸੋ ਸਾਰੇ ਵਧਾਈਆਂ ਦੇ ਕਮੈਂਟ ਕਰੀ ਜਾਇਓ, ਥੈਂਕ ਯੂ। ਸੋ ਆਪਣਾ ਇੱਕ ਕੰਪਨੀ ਆ ਪੰਜਾਬੀਆਂ ਦੀ, ਹਾਂਜੀ, ਚੌਹਾਨ ਬਾਈ ਜੀ, ਉਹਨਾਂ ਨੇ ਪਿਛਲੇ 2 ਸਾਲਾਂ 'ਚ 7-8 ਵਾਰੀ ਪੋਲਿਆ ਪੁਲ ਕੈਨੇਡਾ 'ਚ, ਪੋਲਿਆ ਜਿਹੜੇ ਪੁਲ ਹੁੰਦੇ ਸਭ ਨੂੰ ਪਤਾ, ਉਹ ਥੋੜੇ ਉਹ ਆ, ਜਾਣੀ ਉਹਨਾਂ ਦੀ ਉਚਾਈ ਇੰਨੀ ਨੀ। ਚੌਹਾਨ ਟਰੈਕਿੰਗ ਦਾ ਕੰਮ ਸੀਗਾ, ਆਪਣੇ ਖੁੱਲੇ ਹੁੰਦੇ ਜਿਹੜੇ ਪਿਛਲੇ ਪਾਸਿਓਂ ਓਪਨ ਹੁੰਦੀਆਂ ਗੱਡੀਆਂ, ਉਹਦੇ ਤੇ ਸਮਾਨ ਲੱਦ ਕੇ ਲਾਈਕ ਭਾਰੀਆਂ ਮਸ਼ੀਨਾਂ ਉਹ ਲੈ ਕੇ ਜਾਂਦੇ ਸੀ।
ਅਬ ਪਰਸੋਂ ਫੇਰ ਉਹਨੇ ਕੀ ਕਾਰਾ ਕਰਤਾ, ਪੁਲ ਸੀ ਭਾਰਾ ਸਮਾਨ ਸੀ ਪਿੱਛੇ, ਉਹ ਇੱਚ ਵੱਜ ਕੇ ਪੁਲ ਲਾਈਕ ਪਰ ਟ੍ਰੈਫਿਕ ਤਾਂ ਉਹਨਾਂ ਦਾ ਹੋਇਆ, ਪਰ ਸੱਤਵੀਂ ਅੱਠਵੀਂ ਵਾਰ ਇੱਕੋ ਹੀ ਕੰਪਨੀ ਦਾ ਹੋਇਆ ਭਾਈ ਜੀ। 65 ਗੱਡੀਆਂ ਪੰਜਾਬੀ ਮਾਲ ਗਿਆ ਚੌਹਾਨ, 65 ਗੱਡੀਆਂ ਉਹਨੇ ਲਾਇਸੈਂਸ ਹੀ ਸਸਪੈਂਡ ਕਰਤਾ ਕੰਪਨੀ ਦਾ। ਕਹਿੰਦੇ ਸਤਿ ਸ੍ਰੀ ਅਕਾਲ ਆ ਭਰਾਵੋ, ਤੁਹਾਡਾ ਤਾਂ ਨਿੱਤ ਦਾ ਹੀ ਕੰਮ ਆ। ਇੱਕ ਵਾਰੀ ਹੋਇਆ, ਦੋ ਵਾਰੀ ਹੋਇਆ, ਤਿੰਨ ਵਾਰੀ ਹੋਇਆ, ਚੱਕਰ ਇਹ ਇੱਥੇ ਫਾਈਨ ਹੈ ਨੀ, ਸਜਾਵਾਂ ਹੈ ਨੀ ਇੰਨੀਆਂ। ਮੈਂ ਤੁਹਾਨੂੰ ਫੋਟੋਆਂ ਵੀ ਦਿਖਾਉਂਗਾ ਇਹਨਾਂ ਦੇ ਕਿੱਦਾਂ ਇਹ ਗੱਡੀਆਂ ਮਾਰਦੇ ਸੀ ਪੁਲਾਂ ਚ। ਇੱਕ ਵਾਰੀ ਯਾਰ ਬੰਦੇ ਨੇ ਗੱਡੀ ਮਾਰੀ ਹੋਵੇ ਸਰਕਾਰੀ ਪੁਲ ਤੇ, ਕੈਨੇਡਾ ਦੀ ਸਰਕਾਰ ਦੇ ਪੁਲ ਤੇ ਇੱਕ ਵਾਰੀ ਗੱਡੀ ਮਾਰੀ ਹੋਵੇ, ਕੁਛ ਕੀਤਾ ਹੋਵੇ, ਫਾਈਨ ਹੋਵੇ ਭਾਰਾ ਤੇ ਜੁਰਮਾਨਾ ਬੰਦੇ ਨੂੰ ਆ ਜਾਂਦੀ ਆ। ਕੱਲ ਲੋਕ ਗੋਰੇ ਤਾਂ ਹੱਸਦੇ ਆ ਕਹਿੰਦੇ ਸਾਰਿਆਂ ਨੂੰ, ਹੁਣ ਜਦੋਂ ਕੱਲ ਇੱਥੇ ਮਾਰਿਆ ਫਿਰ ਕਹਿੰਦੇ ਉਹੀ ਕੰਪਨੀ ਹੋਣੀ, ਗੱਲ ਵੀ ਉਹੀ ਨਿਕਲੀ। ਠੀਕ ਹੈ ਨਾ, 65 ਸੀ, 65 ਵੀਰ ਦੇ ਆਪਣਾ ਪੰਜਾਬੀ ਵੀਰ ਭਰਾ ਆ, ਸਸਪੈਂਡ ਹੋ ਗਿਆ ਲਾਇਸੈਂਸ, ਹੁਣ ਕੰਮ ਨਹੀਂ ਕਰ ਸਕਦੇ। ਵੈਸੇ ਚਲਾ ਦੇਣ ਭਰਾਵੋ, ਹਾਂਜੀ ਆਪਣੇ ਪੰਜਾਬੀ ਵੀਰ ਭਰਾ ਡਰਾਈਵਰ ਹੋਣੇ ਆ, ਹਾਂਜੀ ਮਾਲਕ ਵੀ ਪੰਜਾਬੀ, ਸੋ 65 ਡਰਾਈਵਰਾਂ ਦੀ ਰੋਜੀ ਰੋਟੀ ਦਾ ਆਪਾਂ ਤਾਂ ਇਹੀ ਕਹਿੰਦੇ ਆ ਵੀ ਪਰਮਾਤਮਾ ਚਲਾ ਦੇਈ, ਹਾਂਜੀ। ਸੋ ਖਿਆਲ ਰੱਖਣਾ ਚਾਹੀਦਾ, ਠੀਕ ਹੈ ਨਾ। ਸੋ ਏਦਾਂ ਹੀ ਇੱਕ ਇੱਥੇ ਪੁਲਿਸ ਨੇ ਗੋਰਾ ਚੱਕਿਆ 21 ਵਾਰੀ ਬਾਈ ਜੀ, 1 ਨੀ 2 ਨੀ 3 ਨੀ 4 ਨੀ 5 ਨੀ 7 ਨੀ 21 ਵਾਰੀ ਉਹ, ਕਦੀ ਦਾਰੂ ਪੀ ਕੇ, ਕਦੀ ਕੁਛ ਕਰਕੇ, ਕਦੀ ਕੁਛ ਕਰਕੇ, ਇੱਥੇ ਦੇ ਕਾਨੂੰਨ ਬਾਹਲਾ ਹੀ ਹੋਇਆ, ਠੀਕ ਹੈ ਨਾ। ਸੋ ਮੈਂ ਅੱਗੇ ਵੀ ਦੱਸਦਾ ਹੁੰਦਾ, ਸੋ ਜਿਹੜਾ ਇਨਸਾਨ ਇੱਥੇ ਆ ਕੇ ਪਹਿਲੀ ਸਰਕਾਰੀ ਚਿੱਠੀ ਤੋਂ ਡਰ ਗਿਆ, ਜਿਹੜਾ ਨਹੀਂ ਡਰਿਆ ਨਜ਼ਾਰੇ ਉਦੋਂ ਹੀ ਆ ਬਸ, ਜਿਹੜਾ ਨਹੀਂ ਡਰਿਆ ਇੱਥੇ ਜੁਰਮ ਕਰਾਈ ਮੈਂ, ਇੰਨਾ ਡਰ ਭੈਣਾ ਦੀ ਕੋਈ ਚੀਜ਼ ਹੀ ਹੈ ਨੀ ਜੀ। ਜਿੱਦਾਂ ਜੂਏ ਹੀ ਸਾਈਡ ਆ, ਜੋ ਵੀ ਆ, ਨਿੱਤ ਇੱਥੇ ਤੁਰੇ ਜਾਂਦੇ ਨੂੰ ਮਾਰ ਦਿੰਦੇ, ਏਦਾਂ ਓਦਾਂ ਕੋਈ ਹੈ ਹੀ ਨੀ ਕਿਸੇ ਨੂੰ ਭਰਾਵੋ, ਕੋਈ ਸੁਣਵਾਈ ਨੀ ਗੀ, ਠੀਕ ਹੈ ਨਾ। ਸੋ ਇਹ ਚੱਕਰ ਆ। ਸੋ ਬਾਕੀ ਉਹੀ ਗੱਲ ਮੈਂ ਕਹਿੰਦਾ ਸੀ ਭਾਈ, ਆਪਣੇ ਆਪ ਨੂੰ ਕਦੀ ਕਿਸੇ ਨਾਲ ਕੰਪੇਅਰ ਨਾ ਕਰੋ ਭਾਈ। ਹੁਣ ਜੇ ਮੈਂ ਸੋਚਾਂ ਵੀ ਮੈਂ 37 ਸਾਲ ਦੀ ਉਮਰ ਚ ਲਾਇਸੈਂਸ ਆ, ਲੋਕ ਤਾਂ 18 ਸਾਲ ਦੀ ਜੇ ਉਮਰ ਚ ਲਾਇਸੈਂਸ ਲੈ ਲੈਂਦੇ, ਮੈਂ 20 ਸਾਲ ਉਹਨਾਂ ਤੋਂ ਪਿੱਛੇ ਆ। ਹੁਣ ਮੇਰਾ ਕੀ ਇੰਨਾ, ਚਲੋ ਮੈਂ ਤੁਹਾਨੂੰ ਥੋੜਾ ਐਕਸਪਲੇਨ ਕਰ ਦਿੰਦਾ ਮੇਰੇ ਨਾਲ ਹੋਇਆ ਕੀ ਸੀ। ਕੈਨੇਡਾ ਮੈਂ ਆਇਆ ਸੀ ਕੈਲਗਰੀ, ਠੀਕ ਆ, ਪੰਪ ਤੇ ਮੈਂ ਆ, ਪੰਪ ਦੇ ਮਾਲਕ ਨੇ ਇਮੀਗ੍ਰੇਸ਼ਨ ਵਾਲੇ ਨਾਲ ਮਿਲ ਕੇ, ਰਿਸ਼ੀ ਨਾਲ, ਹਾਂਜੀ ਕੈਲਗਰੀ ਰਮੈਂਟਲ ਜੀ ਦਾ ਬਾਬਾ ਕੰਮ ਆ। ਮੈਂ ਲੋਕਾਂ ਨੂੰ ਕਿਉਂ ਸਮਝਾਉਂਦਾ ਹੁੰਦਾ ਇਮੀਗ੍ਰੇਸ਼ਨ ਬਾਰੇ ਏਦਾਂ ਹੁੰਦਾ, ਕਿਉਂਕਿ ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਆ, ਮੈਨੂੰ ਕੋਈ ਕੱਖ ਨਹੀਂ ਸੀ ਪਤਾ, ਮੈਨੂੰ ਸੋਸ਼ਲ ਮੀਡੀਆ ਬਾਰੇ ਵੀ ਇੰਨਾ, ਹਾਂਜੀ ਮੇਰੇ ਕੋਲ ਅਜੇ ਤੱਕ ਵੀ, ਅਜੇ ਤੁਸੀਂ ਇਹ ਆਈਡੀਆ ਲਾ ਲਓ ਭਾਈ ਮੈਂ ਕਿੱਦਾਂ ਦੇ ਨਾ ਉਹ ਕੀਤੇ ਹੋਊਗੇ। ਆਪਣੇ ਤਾਂ ਨਿਆਣੇ ਕੰਮ ਨੀ ਮਿਲਦਾ ਤਾਂ ਦਿਲ ਛੱਡ ਜਾਂਦੇ ਆ, ਕਈ ਖੁਦਕੁਸ਼ੀ ਕਰ ਲੈਂਦੇ, ਕਈ ਰੋਂਦੇ ਰਹਿੰਦੇ ਮਰ ਗਏ ਲੁੱਟ ਗਏ। ਉਹ ਭਰਾਵੋ ਤੁਹਾਡਾ, ਤੁਸੀਂ ਇੱਥੇ, ਤੁਹਾਡੇ ਕੋਲ ਸਾਰਾ ਕੁਝ ਹੈਗਾ ਤਾਂ ਹੈ, ਖੁਦਾ ਨਾ ਖਾਸਤਾ ਕੁਛ ਹੋ ਜਾਵੇ ਤੁਹਾਨੂੰ ਹੋਸਪਿਟਲ ਤਾਂ ਭਰਤੀ ਕਰ ਲੂਗੇ, ਤੁਹਾਨੂੰ ਕੋਈ ਪੈਸਾ ਤਾਂ ਨੀ ਦੇਣਾ ਪੈਣਾ, ਏਦਾਂ ਦੀ ਥੋੜੋ ਕੋਈ ਚਿੰਤਾ ਆ। ਇੱਧਰ ਦੇਖੋ, ਇੱਧਰ ਆ ਦੇ ਮਾਲਕ ਤੇ ਯਕੀਨ ਕਰਕੇ, ਇਮੀਗ੍ਰੇਸ਼ਨ ਵਾਲੇ ਤੇ ਕਰਕੇ ਯਕੀਨ ਕਰਕੇ, PNP ਕਹਿੰਦੇ ਹੁੰਦੇ ਇੱਥੇ, ਜਿੱਦਾਂ ਭਈ ਪਹਿਲਾਂ ਰਾਜ ਦੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ PNP ਪ੍ਰੋਵਿੰਸ ਕਹਿੰਦੇ ਇੱਥੇ, ਜਿੱਦਾਂ ਆਪਾਂ ਰਾਜ ਕਹਿੰਦੇ ਨੇ ਇੰਡੀਆ ਚ ਵੀ ਕਿਹੜੇ ਰਾਜ ਦਾ ਭਾਈ ਤੂੰ, ਇੱਥੇ ਪ੍ਰੋਵਿੰਸ ਕਹਿੰਦੇ ਆ। ਲਾਈ ਜੀ ਠੀਕ ਹੈ ਜੀ, ਮੈਂ ਤੋਂ ਅਜੇ ਤੱਕ ਰਸੀਦ ਪਈ ਹੈ, $135 155 ਕਿੰਨੇ ਲੱਗੇ ਸੀ, ਠੀਕ ਹੈ। ਤੇ ਭਰਾਵੋ ਲਾਤੀ, ਚਲੋ ਜੀ ਲਓ ਜੀ, ਇੰਦਰਜੀਤ ਸਿੰਘ PR ਹੋਣ ਲੱਗੇ, ਪਾਓ ਭੰਗੜੇ ਬੱਲੇ ਬੱਲੇ ਬੱਲੇ। ਜਿਹੜੇ ਪੰਪ ਤੇ ਮੈਂ ਆਇਆ ਸੀ 5 ਹੋਰ ਆਏ ਸੀ, 5 ਪੰਪ ਸੀ ਮਾਲਕ ਦੇ, ਉਹ ਮਾਲਕ ਨਹੀਂ ਹੁੰਦੇ, ਸ਼ੈਲ ਵਾਲਿਆਂ ਨੇ ਗਾਂ ਦੀ ਗਾਂ ਉਹ ਦਿੱਤੇ ਉਹ ਹੁੰਦੇ ਕਿਰਾਏ ਤੇ ਲਾ ਲਓ। ਵਿੱਚੋਂ ਆ ਗਈਆਂ ਸੀ 3 ਫਲਪੀਨਣਾ, 2 ਜਣੇ ਆਪਾਂ ਆਏ ਸੀ, ਇੱਕ ਮੈਂ ਸਪੇਨ ਤੋਂ, ਇੱਕ ਹੋਰ। ਤੇ ਫਲਪੀਨਣਾ ਤੁਹਾਨੂੰ ਪਤਾ ਹੀ ਆ ਭਰਾਵੋ, ਕੰਮ ਨੂੰ ਬਹੁਤ ਸ਼ੇਰ ਦੀਆਂ ਦਲੇਰ ਦੀਆਂ, ਇਹ ਫਲਪੀਨਣਾ ਦੀ ਇਹ ਮੈਂ ਰਿਸਪੈਕਟ ਕਰਦਾ, ਕੰਮ ਨੂੰ ਕੰਮ ਸਮਝ ਕੇ ਕਰਦੀਆਂ, ਕਿਉਂਕਿ ਮੈਂ ਹੋਸਪਿਟਲ ਰਿਹਾ, ਮੈਂ ਤਾਂ ਅੱਖੀ ਇਹ ਚੀਜ਼ਾਂ ਦੇਖੀਆਂ ਆ ਜਿਹੜੀਆਂ ਆਪਣੀਆਂ ਪੰਜਾਬੀ ਆ। ਜਿੰਨੀ ਰੂਹ ਨਾਲ ਫਲਪੀਨਣਾ ਕੰਮ ਕਰਦੀਆਂ, ਮੈਂ ਨੀ ਦੇਖਿਆ ਕੋਈ ਕੰਮ ਕਰਦੀ, ਉਹ ਕੰਮ ਨੂੰ ਕੰਮ ਸਮਝ ਕੇ ਗਾ। ਆਪਣੇ ਵਾਲੇ ਪਾਸੇ ਤਾਂ ਡਾਲਰ ਇੰਨੇ ਹੋਏ, ਇੰਨੇ ਹੋਵੇ, ਇੰਨੇ ਲੱਗ ਗਏ, ਇੰਨੇ ਹੀ ਰਹਿ ਗਏ, ਆਪਣੇ ਤਾਂ ਇੱਧਰ ਹੀ ਕੰਮ ਨੂੰ ਸਿੱਧੀ ਗੱਲ ਆ ਜੋ। ਹਾਂਜੀ ਆਈਆਂ ਭਾਈ 3 ਫਲਪੀਨਣਾ ਆਈਆਂ ਸੀ, ਤੇ ਜਿਹੜਾ ਮਾਲਕ ਸੀਗਾ ਉਹਨੂੰ ਫਿਰ ਫਲਪੀਨਣਾ ਹੋ ਗਿਆ ਪਿਆਰ, ਤੇ ਫਿਰ ਮਾਲਕਣ ਨਾਲ ਹੋ ਗਿਆ ਸੀ ਤਲਾਕ। ਇਹ ਸੱਚੀ ਸਟੋਰੀ ਆ, ਵੀ ਫਿਲਮ ਹੀ ਨੀ ਮੇਰੀ, ਆਪਣੀ ਸਟੋਰੀ ਆ। ਤੇ ਠੀਕ ਹੈ ਜੀ, ਉਹ ਮਾਲਕ ਨੇ ਫਲਪੀਨਣ ਦਾ PR ਕਰਾ, ਤੁਸੀਂ ਇੱਥੋਂ ਆਈਡੀਆ ਲਾ ਲਓ। ਮੈਂ ਉਸਲੇ ਜਦੋਂ ਮੇਰਾ ਖਾਤੇ ਹੁੰਦੇ ਸੀ ਮੇਰੇ ਫੇਸਬੁੱਕ ਤੇ ਚੈਟਿੰਗ ਵਾਲੇ, ਹਾਂਜੀ 2-3 ਕੁੜੀਆਂ ਇੱਥੇ ਦੀਆਂ ਮੇਰੇ ਨਾਲ ਗੱਲ ਵੀ ਕਰਦੀਆਂ, ਇੱਥੋਂ ਆਈਡੀਆ ਲਾ ਲਓ ਭਰਾਵੋ। ਮੈਂ ਤਾਂ ਇੱਕੋ ਹੀ ਗੱਲ ਕਹਿੰਦਾ ਹੁੰਦਾ, ਕਦੀ ਕਿਸੇ ਦਾ ਯਕੀਨ ਨਹੀਂ ਕਰਨਾ, ਠੀਕ ਆ, ਤੇ ਕਦੀ ਕਿਸੇ ਤੋਂ ਆਸ ਨਹੀਂ ਰੱਖਣੀ। 2 ਗੱਲਾਂ ਆਪਣੀ ਲਾਈਫ ਚ ਜਮਾ ਲਓ, ਕਦੀ ਨਾ ਰੋਊਂਗੇ। ਜਿਹੜੀ ਕੁੜੀ ਮੈਂ ਪੰਪ ਤੇ ਲਵਾਈਆਂ ਸੀ 2 ਉਸੇ ਤੇ, ਉਹ PR ਹੋ ਗਈਆਂ ਸੀ,
ਉਹਨੇ ਮੈਨੂੰ ਦੱਸਿਆ ਵੀ ਨਹੀਂ ਭਾਈ ਆਪਾਂ ਪੀਆਰ ਹੋ ਗਈਆਂ ਜਿੱਥੇ ਤੂੰ ਲਵਾਇਆ ਲੱਡੂਆਂ ਦਾ ਡੱਬਾ ਤਾਂ ਸਵਾ ਦੇਣਾ ਇਹ ਹਾਲ ਆ ਲੋਕਾਂ ਦਾ ਠੀਕ ਹੈ ਨਾ ਤੇ ਭਰਾਵੋ ਮਾਲਕ ਨੂੰ ਹੋ ਗਿਆ ਫਲਪੀਨ ਨਾਲ ਨਾ ਪਿਆਰ ਤੇ ਮਾਲਕ ਨਾਲ ਹੋ ਗਿਆ ਤਲਾਕ ਠੀਕ ਹੈ ਜੀ ਉਹ ਏਦਾਂ ਹੀ ਰੌਲੇ ਕਚੋਲੇ ਚ ਉੱਥੇ ਹੀ ਮਾਲਕ ਨੂੰ ਹਾਂਜੀ ਮੇਰਾ ਜੀ ਇੰਦਰਜੀਤ ਦੇ ਲਾਤੇ ਆ ਪੇਪਰ ਤੇ ਠੀਕ ਹੈ ਆਪਾਂ ਵੀ ਨਾ ਮੈਂ ਕਦੀ ਆਨਲਾਈਨ ਚੈੱਕ ਕੀਤਾ ਹਨਾ ਨਾ ਕੁਛ ਕੀਤਾ ਤੇ ਫਿਰ ਬਾਅਦ ਚ ਜਾਇਆ ਕਰਾਂ ਮੈਂ ਆਫਿਸ ਚ ਉੱਥੇ ਹਾਂਜੀ ਜੀ ਭਾਜੀ ਤੁਹਾਡਾ ਚੱਲਦਾ ਪਰਸੇ ਭੇਜ ਗਿਆ ਮਹੀਨੇ ਕੁ ਬਾਅਦ ਉੱਥੇ ਹਾਂਜੀ ਭਾਜੀ ਹਾਂਜੀ ਇੰਦਰਜੀਤ ਸਿੰਘ ਜੀ ਹਾਂਜੀ ਬਰਸਟੀ ਸ਼ੈਲ ਹਨਾ ਮੈਂ ਤਾਂ ਸਾਰੇ ਪੰਪਾਂ ਦੇ ਨਾਂ ਵੀ ਚੇਤੇ ਆ ਬਰਸਟੀ ਸ਼ੈਲ ਕਿਹੜਾ ਕਿਹੜਾ ਸ਼ੈਲ ਹਾਂਜੀ ਤੇ ਕਿੱਥੇ ਦੀ ਮੇਰੇ ਸਾਰੇ ਪੇਪਰ ਮੇਰੇ ਕੋਲ ਸਾਂਭੇ ਜਦੋਂ ਮਹੀਨੇ ਕੁ ਬਾਅਦ ਉੱਥੇ ਮੈਡਮ ਕਿਰਨ ਬੈਠੀ ਸੀ ਰਿਸ਼ੀ ਜਿਹੜਾ ਹੈਗਾ ਕੈਲਗਰੀ ਐਡਮਿੰਟਨ ਦਾ ਉਹ ਕਦੇ ਉਰਾਂ ਪਰਾਂ ਗਿਆ ਸੀ ਕਿਰਨ ਹਾਂਜੀ ਇੰਦਰਜੀਤ ਸਿੰਘ ਆਓ ਜੀ ਭਾਈ ਜੀ ਤੁਹਾਡਾ ਤਾਂ ਜਿਹੜਾ ਪਰਮਿਟ ਸੀ ਜਾਂ LMO ਸੀ ਜੋ ਵੀ ਸੀ ਉਹ ਤਾਂ ਇਹਨਾਂ ਨੇ ਲਾਈਕ ਬੰਦਾ ਹੀ ਹੋਰ ਕਰਤਾ ਤੁਸੀਂ ਤਾਂ ਸਤਿ ਸ੍ਰੀ ਅਕਾਲ ਹੀ ਆ ਕਹਿੰਦਾ ਭਾਵ ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਮਰਨਾ ਹੀ ਹੋ ਜਾਂਦਾ ਬੰਦੇ ਦਾ ਇੱਕ ਪਾਸੇ ਬੰਦਾ PR ਦੀ ਆਸ ਲਾਈ ਬੈਠਾ ਦੂਜੇ ਪਾਸੇ ਕਹਿੰਦੇ ਭਾਜੀ ਤੁਹਾਡੀ ਤਾਂ ਸਤਿ ਸ੍ਰੀ ਅਕਾਲ ਹੋ ਗਈ ਜਿਹੜਾ 3 ਮਹੀਨੇ ਦਾ ਇੱਕ ਸਮਾਂ ਹੁੰਦਾ ਇੱਥੇ ਕੈਨੇਡਾ ਚ ਮੰਨ ਲਓ ਤੁਹਾਡਾ ਵੀਜ਼ਾ ਜਿੰਨਾ ਵੀ ਆ ਉਹ ਮੁੱਕ ਗਿਆ ਉਹ ਐਕਸਟੈਂਸ਼ਨ ਹੁੰਦੀ 90 ਸਾਰਾ ਕੁਛ ਮੇਰਾ ਖਤਮ ਹੋ ਗਿਆ ਸੀ ਮੈਨੂੰ ਤਾਂ ਫਿਰ ਉਹ ਦਿਸੇ ਹੀ ਨਾ ਫਿਰ ਬਾਅਦ ਚ ਨਹੀਂ ਪੰਪ ਤੋਂ ਵੀ ਉਹ ਕਰਤਾ ਕਹਿੰਦੇ ਚਲੋ ਸਤਿ ਸ੍ਰੀ ਅਕਾਲ ਤੁਹਾਡਾ ਤਾਂ ਕੱਖ ਵੀ ਨਹੀਂ ਰਿਹਾ ਪੱਲੇ ਸਮਝੇ ਨਾ ਕੀ ਕਹਿਣਾ ਚਾਹ ਰਿਹਾ ਮੈਂ ਨਥਿੰਗ ਕੋਈ ਵੀਜ਼ਾ ਨਹੀਂ ਕੋਈ ਪਰਮਿਟ ਨਹੀਂ ਕੋਈ ਕੁਛ ਨਹੀਂ ਉਧਰੋਂ ਇੰਦਰਜੀਤ ਸਿੰਘ ਭੰਗੜੇ ਪਾਉਂਦਾ ਫਿਰਦਾ ਕਿਸੇ ਦਿਨ ਵਿਹਲੇ ਟਾਈਮ ਤੁਹਾਨੂੰ ਮੈਂ ਆਪਣੇ ਦੁੱਖ ਦੱਸੂ ਮੈਂ ਤਾਂ ਹੈਰਾਨ ਹੁੰਦਾ ਇੱਥੇ ਲਾਈਕ ਕੰਮ ਨਹੀਂ ਮਿਲਣ ਕਰਕੇ ਰੋਈ ਜਾਂਦੇ ਜੇ ਕੋਲ ਇਹ ਦੁੱਖ ਥੋੜੋ ਆ ਨਹੀਂ ਨਹੀਂ ਮੈਂ ਨਹੀਂ ਚਲੋ ਸਭ ਦੀ ਆਪਣੀ ਆਪਣੀ ਹੁੰਦੀ ਆ ਸੋਚਣੀ ਸੰਘਰਸ਼ ਦੀ ਜੇ ਤੁਸੀਂ ਸੋਚਦੇ ਆ ਸਟੱਡੀ ਤੇ ਜਿਹੜੇ ਮੁੰਡੇ ਕੁੜੀਆਂ ਆਉਂਦੇ ਆ ਸਿੱਧੇ ਪਲੇਨ ਚ ਬਹਿ ਕੇ ਹਾਂਜੀ ਸਾਰਾ ਕੁਛ ਉਹਨਾਂ ਕੋਲ ਹੁੰਦਾ ਆ ਭਈ ਜੇ ਤੁਸੀਂ ਕੰਮ ਕਰਨ ਨੂੰ ਇੱਕ ਸੰਘਰਸ਼ ਸਮਝਦੇ ਆ ਫੇਰ ਤਾਂ ਭਰਾਵੋ ਤੁਹਾਡੀ ਜਿਹੜੀ ਸੰਘਰਸ਼ ਵਾਲੀ ਉਹ ਆ ਸੋਚ ਆ ਫੇਰ ਤਾਂ ਬਹੁਤ ਛੋਟੀ ਫੇਰ ਤੁਸੀਂ ਡੋਂਕੀਆਂ ਨਹੀਂ ਅਜੇ ਦੇਖੀਆਂ ਜਿਹੜੀਆਂ ਮੈਂ ਅੱਖੀਂ ਦੇਖੀਆਂ ਆ ਮਰੱਕੋ ਤੋਂ ਸਪੇਨ ਨੂੰ ਲਾਉਂਦੇ ਆ ਜਾਂ ਪਨਾਮਾ ਵਾਲੀਆਂ ਹਾਂਜੀ ਸੋ ਆਪਾਂ ਉਹੀ ਗੱਲ ਆ ਸਾਡੀ ਫੇਰ ਸੋਚ ਉੱਥੇ ਗਈ ਦਾਇਰਾ ਰਹਿ ਜਾਂਦਾ ਆਪਾਂ ਇਹਨੂੰ ਸਮਝੀ ਜਾਂਦੇ ਆ ਵੀ ਕੁੜੀਆਂ ਕੰਮ ਕਰਦੀਆਂ ਆ ਜੀ ਮਾਪਿਆਂ ਤੋਂ ਦੂਰ ਆ ਇਹ ਸੰਘਰਸ਼ ਆ ਜੀ ਦੱਸ ਹੈ ਸਾਰਾ ਕੁਛ ਉਹਨਾਂ ਤੋਂ ਪਰਮਿਟ ਵੀ ਆ ਸਭ ਕੁਛ ਉਹਨਾਂ ਦਾ ਕਵਰ ਆ ਖੁਦਾ ਨਾ ਖਾਸ ਤਾਂ ਕੁਛ ਹੋ ਜਾਵੇ ਠੀਕ ਹੈ ਨਾ ਸੋ ਵਿਹਲੇ ਟਾਈਮ ਤੁਹਾਨੂੰ ਫਿਰ ਮੈਂ ਦੱਸੂਗਾ ਸਾਰਾ ਹੀ ਦਿਨ ਮੈਂ ਜੇ ਦਿਲ ਚ ਮੇਰੇ ਅਵਾਲ ਹੀ ਆ ਦੱਸੂਗਾ ਉਹ ਮਾਲਕ ਰਾਜਮੱਲੀ ਹਾਂਜੀ ਨਾਮ ਹੀ ਲੈ ਦਿੰਦੇ ਆਪਾਂ ਨੂੰ ਕਿਹਦਾ ਡਰ ਆ ਰਾਜਮੱਲੀ ਤੇ ਰਿਸ਼ੀ ਇਮੀਗ੍ਰੇਸ਼ਨ ਵਾਲਾ ਕੈਲਗਰੀ ਐਡਮਿੰਟਨ ਉਹ ਇਮੀਗ੍ਰੇਸ਼ਨ ਕੰਪਨੀ ਦਾ ਕੀ ਨਾਂ ਆ ਸਾਰਾ ਕੁਝ ਦੱਸਾਂਗੇ ਵੀ ਕਿੱਦਾਂ ਇਹਨਾਂ ਨੇ ਮੇਰੇ ਨਾਲ ਕੀਤੀ ਸੀ ਤੇ ਕਿੱਦਾਂ ਮੈਂ ਇੱਥੇ ਸਮਾਂ ਕੱਢਿਆ ਤੇ ਮੈਨੂੰ ਪਤਾ ਭਰਾਵੋ ਹਾਂਜੀ ਰੋ ਰੋ ਕਿੱਦਾਂ ਮੈਂ ਦਿਨ ਕੱਟੇ ਸੀ ਠੀਕ ਹੈ ਨਾ ਸੋ ਕਿੱਦਾਂ ਮੈਂ ਇੱਥੇ ਮੇਰੇ ਕੋਲ ਕੁਛ ਵੀ ਨਹੀਂ ਸੀ ਕਿੱਦਾਂ ਮੈਂ ਕਿੰਨੇ ਸਾਰ ਰਿਹਾ ਕਿੱਦਾਂ ਕੰਮ ਵੀ ਨਹੀਂ ਸੀ ਮਿਲਦਾ ਜਦੋਂ ਬੰਦੇ ਕੋਲ ਕੁਛ ਹੁੰਦਾ ਨਹੀਂ ਠੀਕ ਹੈ ਨਾ ਭਈ ਕਿੱਦਾਂ ਮੈਂ ਪੰਜੀ ਬੰਜੀ ਨੂੰ ਤਰਸਿਆ ਮੈਨੂੰ ਫਸਾਇਆ ਜਾਂ ਰੱਬ ਜਿਹੜਾ ਹੈ ਉਹਨੂੰ ਫਸਾਇਆ ਬਾਕੀ ਉਹਨੂੰ ਵੀ ਪਤਾ ਸੀ ਜੋ ਵੀ ਕੁਦਰਤ ਯਾਰ ਚੱਕਰ ਇਹ ਚਲਾਉਂਦੀ ਆ ਵੀ ਮੇਰਾ ਜਿਹੜਾ ਦਿਲ ਦਾ ਹੈਗਾ ਤਾਂ ਇਹ ਬਚਪਨ ਤੋਂ ਹੀ ਸੀ ਜਦੋਂ ਦਾ ਜੰਮਿਆ ਜਿੱਦਣ ਜੰਮਿਆ ਉਦਣ ਦਾ ਨਾਲ ਹੀ ਆ ਇਹ ਚੀਜ਼ ਜਦੋਂ ਮੈਡੀਕਲ ਕਰਾਉਣਾ ਸੀ ਪਹਿਲਾਂ ਹੋਰ ਦੇਸ਼ ਨੂੰ ਜਾਣ ਲਈ ਉਦੋਂ ਪਤਾ ਲੱਗਿਆ ਸੀ ਉਦੋਂ ਇੰਨਾ ਸੀਰੀਅਸ ਨਹੀਂ ਸੀ ਲਿਆ ਹਾਂਜੀ ਸੋ ਫਿਰ ਇੱਥੇ ਵੀ ਉਹੀ ਵੀ ਉੱਪਰ ਵਾਲੇ ਦਾ ਹੀ ਚੱਕਰ ਆ ਵੀ ਜਦੋਂ ਕਿਡਨੀ ਚ ਫੰਕਸ਼ਨ ਹੋਇਆ ਉਦੋਂ ਸਾਰਾ ਕੁਛ ਕੋਲ ਸੀਗਾ ਠੀਕ ਹੈ ਨਾ ਮੰਨ ਲਓ ਜੇ ਨਾ ਹੁੰਦਾ ਜਿੱਡਾ ਪੇਸਮੇਕਰ ਹੀ ਮੈਂ ਕਰਨ ਡਿਆ ਸੀ 25-30 ਲੱਖ ਰੁਪਏ ਦਾ ਜਿਹੜਾ ਮੇਰੇ ਪਾਇਆ ਆ ਠੀਕ ਆ ਸੋ ਮੇਰਾ ਤਾਂ ਭਰਾਵੋ ਲੱਗ ਜਾਣਾ ਸੀ 1-2 ਕਰੋੜ ਰੁਪਈਆ ਸੋ ਉੱਪਰ ਵਾਲੇ ਦੀ ਕੋਈ ਉਹਦਾ ਹੀ ਸੀ ਲਾਈਕ ਰਚਾਇਆ ਹੋਇਆ ਸਾਰਾ ਹੀ ਹਨਾ ਉਹਨੂੰ ਵੀ ਪਤਾ ਸੀ ਵੀ ਇਹਦੇ ਇੱਦਾਂ ਭਾਣੇ ਵਰਤਣੇ ਆ ਜਦੋਂ ਮੇਰੇ ਕੋਲ ਕੁਛ ਵੀ ਨਹੀਂ ਸੀ ਉਦੋਂ ਸਾਰਾ ਕੁਛ ਸਹੀ ਸੀ ਪਰ ਰੇੜੀਆਂ ਸਿੱਟਦਾ ਸੀ ਲੁੱਕ ਦੀਆਂ ਜਦੋਂ ਫਿਰ ਹੋਇਆ ਸਾਰਾ ਕੁਛ ਮੇਰਾ ਲਾਈਕ ਇੰਸ਼ੋਰੈਂਸ ਸੀ ਸਾਰਾ ਹੀ ਕੁਛ ਕੋਈ ਪੈਸਾ ਨਹੀਂ ਦੇਣਾ ਪਿਆ ਨਹੀਂ ਤਾਂ ਕਰੋੜਾਂ ਚ ਦੇਣੇ ਪੈਣੇ ਸੀ ਪੈਸੇ ਤੇ ਉੱਪਰ ਵਾਲੇ ਨੂੰ ਵੀ ਪਤਾ ਸੀ ਵੀ ਭਾਈ ਇਹਨੂੰ ਮੈਂ ਜੇ ਬਿਮਾਰੀ ਲਾਈ ਆ ਤੇ ਇਹਦਾ ਹੱਲ ਵੀ ਉਹਨੇ ਦੇ ਦਿੱਤਾ ਸੀ ਵੀ ਭਰਾਵਾ ਤੇਰੀ ਰੋਜੀ ਰੋਟੀ ਵੀ ਭਾਰਾ ਕੰਮ ਨਾ ਮੇ ਤੋਂ ਭੱਜ ਹੁੰਦਾ ਨਾ ਚੜਾਈ ਕੁਛ ਵੀ ਨਹੀਂ ਕਰ ਸਕਦਾ ਜਿੱਦਾਂ ਪਹਿਲਾਂ ਰੇੜੀਆਂ ਭਰ 40-40 ਕਿਲੋ ਦੇ ਬਲੌਕ ਸਿੱਟਦਾ ਸੀ ਕੱਖ ਨਹੀਂ ਨਥਿੰਗ ਕੁਛ ਨਹੀਂ ਕਰ ਸਕਦਾ ਹੁਣ ਤਾਂ ਲਾਈਕ 5 ਪਾਉਂਡ ਵੀ ਨਹੀਂ ਚੱਕ ਸਕਦਾ ਜੋ ਵੀ ਆ ਹਾਂਜੀ ਸੋ ਉਹਨੂੰ ਪਤਾ ਸੀ ਉਹਨੂੰ ਆਪ ਹੀ ਰੋਜੀ ਰੋਟੀ ਲਿਖਤੀ ਸੀ ਉਹਨੇ ਕਿ ਜੋਗੀ ਠੀਕ ਹੈ ਨਾ ਸੋ ਕਦੇ ਵੀ ਭਰਾਵੋ ਮੈਂ ਤਾਂ ਇਹੀ ਕਹਿੰਦਾ ਹੁੰਦਾ ਉਹੀ ਗੱਲ ਆ ਹੁਣ ਮੇਰਾ ਇੱਥੋਂ ਸਾਰਾ ਪਾੜਿਆ ਪਿਆ ਮੇਰੇ ਆ ਮਸ਼ੀਨ ਆ 8 ਮੈਂ ਰੋਜ਼ ਗੋਲੀਆਂ ਖਾਂਦਾ ਵਾਰਫਰਿਨ ਦੀਆਂ ਹੁਣ ਜੇ ਮੈਂ ਸੋਚਣ ਲੱਗ ਪਿਆ ਵੀ ਰੱਬਾ ਸਾਰੀ ਉਮਰ ਲਈ ਮੈਂ ਗੋਲੀਆਂ ਮੈਨੂੰ ਲਾਤਾ ਵੀ ਮੈਂ ਹੀ ਕਿਉਂ ਸਮਝੇ ਨਾ ਸੋ ਆਪਾਂ ਆਪਣੇ ਉਹ ਦੇਖ ਲੈਂਦੇ ਆ ਵੀ ਸਾਡੀ ਜਿਹੜੀ ਨੈਗੇਟਿਵ ਸਾਈਡ ਆ ਸਾਡੇ ਵਾਲੇ ਆਪਾਂ ਪੋਜ਼ਿਟਿਵ ਨਹੀਂ ਦੇਖਦੇ ਹੈ ਹੁਣ ਮੈਂ ਤਾਂ ਸ਼ੁਕਰ ਕਰਦਾ ਰੱਬਾ ਮਾਤਾ ਕੋਲ ਆ ਤਾਜ਼ੀਆਂ ਹੁਣ ਪਰੌਂਠੇ ਖਾਣ ਲੱਗੇ ਆ ਠੀਕ ਹੈ ਨਾ
ਕੈਨੇਡਾ 'ਚ ਬੈਠਾ ਸਾਰਾ ਪਰਿਵਾਰ, ਕੋਈ ਫਿਕਰ ਫਾਕਾ ਨਹੀਂ, ਆਲ ਗੁੱਡ ਆ, ਠੀਕ ਆ ਜੀ। ਸੋ ਇਹ ਚੱਕਰ ਆ, ਹਮੇਸ਼ਾ ਹੀ ਆਪਾਂ ਇਹ, ਹੁਣ ਜੇ ਮੈਂ ਨੈਗੇਟਿਵ ਸੋਚੀ ਜਾਵਾਂ, ਯਾਰ ਮੇਰੀ ਇੰਨੀ ਉਮਰ ਹੋ ਗਈ, ਲਾਇਸੈਂਸ ਹੋਣ ਲਿਆ, ਯਾਰ ਮੇਰੇ ਆ ਇੰਨੀਆਂ, ਮੈਂ ਗੋਲੀਆਂ ਖਾਨਾ ਯਾਰ, ਮੇਰਾ ਜੀ ਕਰਦਾ ਬੋਡੀ ਬਣਾਵਾਂ, ਮੈਂ ਡੰਮ ਭਾਰ ਵੀ ਨਹੀਂ ਚੱਕ ਸਕਦਾ, ਕੀ ਕਰਾਂ ਯਾਰ, ਸਮਝੇ ਨਾ। ਸੋ ਇਹ ਚੱਕਰ ਆ। ਸੋ ਥੈਂਕ ਯੂ ਸਾਰਿਆਂ ਦਾ। ਸੋ ਇੱਥੇ ਇੱਦਾਂ ਹੁੰਦਾ ਸਿਸਟਮ, ਪਹਿਲਾਂ ਸੀਗੀ ਉਹੀ ਗੱਲ, ਘੋਲ ਮੈਨੂੰ ਐਵੇਂ ਕਵਾਂ, ਸ਼ੌਂਕ ਹੁੰਦਾ ਸਾਰਿਆਂ ਨੂੰ, ਕਿਸੇ ਨੂੰ ਕਾਸੇ ਦਾ, ਮੈਨੂੰ ਕਾਸੇ ਦਾ ਹੈ ਹੀ ਨਹੀਂ, ਮੈਨੂੰ ਨਾ ਮੈਨੂੰ ਕੱਪੜੇ ਦਾ, ਨਾ ਮੈਨੂੰ ਗੱਡੀ ਦਾ, ਜੋ ਵੀ ਆ ਇਹ ਜਿਹੜਾ ਤੁਹਾਨੂੰ ਥੋੜਾ ਦੱਸ ਦਿੰਦਾ। ਇੱਥੇ ਹੁੰਦਾ ਜੀ ਲਾਈਕ 7 ਤੋਂ 1 ਤੱਕ ਸ਼ੁਰੂ ਹੁੰਦੇ ਆ। ਪਹਿਲਾਂ ਲਈ ਸੀ ਮੈਂ ਲਾਈਕ ਉਹ ਘਰੇ ਹੀ, ਮੈਂ ਇਹਨਾਂ ਦੀ ਐਪ ਹੈਗੀ ਆ ICBC ਦੀ, ਉਤੋਂ ਮੈਂ ਸਟੱਡੀ ਕਰਕੇ ਗਿਆ ਸੀ, ਦਿੱਤਾ ਪੇਪਰ, ਉਹ ਜਿਹੜਾ ਹੁੰਦਾ ਉਹ ਮੈਂ ਪਾਸ ਹੋ ਗਿਆ ਸੀ। ਹੁਣ ਕਈਆਂ ਨੇ ਕਹਿਣਾ ਵੀ ਭਾਈ ਜਿੱਤੇ ਤੂੰ ਲਾਇਸੈਂਸ ਨਹੀਂ ਸੀ, ਤੂੰ ਗੱਡੀ ਦੀ ਵੀਡੀਓ ਪਾਈ, ਤੁਸੀਂ ਦੇਖੀ ਹੋਣੀ, ਹਾਂਜੀ ਉਹ ਟੈਸਲਾ ਚਲਾਉਂਦਾ, ਉਹ ਕਿੱਦਾਂ ਚਲਾਈ? ਉਹ ਬਾਈ ਜੀ ਉਹ ਮੈਂ ਲਿਆ ਹੋਇਆ ਸੀ, 2 ਸਾਲ ਹੋ ਗਏ ਸੀ ਮੈਨੂੰ ਉਹ ਲਏ ਨੂੰ। ਉਹ ਮੈਂ ਜਿੱਦਾਂ ਬਈ ਪੇਪਰ ਜੇ ਹੁੰਦੇ ਕੁਐਸਚਨ ਸੈਨ ਬੋਰਡਾਂ ਦੇ, ਉਹ L ਮਿਲ ਜਾਂਦੀ ਆ, ਉਹਦੇ ਨਾਲ ਫਿਰ ਇੱਕ ਲਾਇਸੈਂਸ ਵਾਲਾ ਬੰਦਾ ਨਾਲ ਬਿਠਾ ਕੇ ਤੁਸੀਂ ਚਲਾ ਸਕਦੇ ਆ, ਠੀਕ ਆ ਜੀ। ਉਹ 2 ਸਾਲ ਮੈਨੂੰ ਹੋ ਗਏ ਸੀਗੇ, ਮੈਨੂੰ ਅਜੇ ਵੀ ਚੇਤਾ, ਮਾਰਚ 2021 ਚੋਂ ਮੈਂ ਕੀਤਾ ਸੀਗਾ। ਸੋ 1 ਸਾਲ ਬਾਅਦ ਤੁਸੀਂ ਰੋਡ ਵਾਲਾ ਉਹ ਕਰ ਸਕਦੇ ਆ, ਠੀਕ ਆ। ਮਾਰਚ 2022 ਚ ਮੈਂ 2-4 ਦਿਨ ਕਲਾਸਾਂ ਲਈਆਂ, ਫੇਰ ਮੈਂ ਕਿਹਾ ਯਾਰ ਮੈਂ ਕੀ ਗੱਡੀ ਸਿੱਖ ਕੇ ਕਰਨੀ, ਫੇਰ ਮੈਂ ਇੱਦਾਂ ਹੀ ਅੱਜ ਕੱਲ ਕਰਦੇ ਨੇ। ਸੋ 1 ਸਾਲ ਤੱਕ ਮੈਂ ਨਹੀਂ ਕਰ ਸਕਦਾ ਸੀ, ਠੀਕ ਆ। ਮਾਰਚ 2022 ਤੋਂ ਬਾਅਦ ਆ ਮਾਰਚ 2024 ਆਉਣ ਲੱਗਾ। ਸੋ 1 ਸਾਲ ਮੈਂ ਇੱਦਾਂ ਹੀ ਕੱਢਤਾ, ਹਾਂਜੀ, ਠੀਕ ਹੈ ਨਾ। ਸੋ ਤਾਂ ਫਿਰ ਕੱਲ, ਸੋ ਲੱਕੀ ਭਾਜੀ, ਲੱਕੀ ਡਰਾਈਵਿੰਗ ਸਕੂਲ ਬਹੁਤ ਮਿਹਨਤ ਕੀਤੀ ਤੇ ਨਾਲ ਆਪਣੇ, ਹਾਂਜੀ, ਜਿਹੜੇ ਮੇਰੇ ਵੀਰ ਜੀ ਠੀਕ, ਜਿਨ੍ਹਾਂ ਤੋਂ ਮੈਂ ਕਲਾਸਾਂ ਲਈਆਂ, ਲੱਕੀ ਭਾਜੀ ਦੇ ਨਾਲ ਹੀ ਕੰਮ ਕਰਦੇ ਆ, ਬਹੁਤ ਮਿਹਨਤ ਕੀਤੀ ਉਹਨਾਂ ਨੇ ਤੇ ਪਹਿਲੀ ਟਰਾਈ ਚ ਹੀ ਗੱਲ, ਹਾਂ। ਸੋ ਐਵੇਂ ਕਹਾਂ, ਨਰਵਸ ਤਾਂ ਸਾਰੇ ਇਨਸਾਨ ਹੁੰਦੇ ਆ। ਹੁਣ ਮੈਂ ਇੱਥੇ ਲਾਈਕ, ਹਾਂਜੀ, ਹੁਣ ਮੈਂ ਵੀਡੀਓ ਚ ਬੋਲਦਾ ਏ, ਕੋਨਫੀਡੈਂਸ ਨਾਲ ਬੋਲਦਾ, ਤੇ ਜਿੱਥੇ ਮੇਰਾ ਕੱਲ ਗਏ ਉੱਥੇ ਤੇ ਸਾਰੇ ਵੀਰ ਭਰਾ ਆਪਣੇ ਪੰਜਾਬੀ ਕੇ ਮਨਿਹਾਸ ਭਾਜੀ, ਹਾਂਜੀ, ਜਿਹੜੇ ਲਾਈਕ ਜਿਹੜੇ ਗੱਡੀ ਨਾਲ ਬਹਿ ਕੇ ਚਲਾ ਕੇ ਦੇਖਦੇ ਹੁੰਦੇ ਆ, ਹੋਰ ਵੀਰ ਭਰਾ ਉਹ ਸਾਰੇ ਮੇਰੀਆਂ ਵੀਡੀਓ ਦੇਖਣ ਵਾਲੇ, ਉਹ ਮਨਿਹਾਸ ਭਰਾ ਕਹਿੰਦਾ ਯਾਰ ਤੂੰ ਤਾਂ, ਮੈਂ ਲੱਗਿਆ ਵੀ ਟਰੱਕ ਚਲਾਉਂਦਾ ਸੀ, ਮੈਂ ਕਿਹਾ ਨਹੀਂ ਨਹੀਂ ਭਾਜੀ, ਟਰੱਕਾਂ ਚ ਘੁੰਮਣ ਜਾਂਦਾ ਹੁੰਦਾ। ਤੇ ਫਿਰ ਮਤਲਬ ਇਹ ਨੀ ਭਰਾਵੋ ਵੀ ਜੇ ਉਹ ਮੈਨੂੰ ਜਾਣਦੇ ਸੀ ਤੇ ਉਹਨੇ ਮੈਨੂੰ ਰਾਇਤ ਦੇ ਤੀ, ਇੱਥੇ ਇੱਦਾਂ ਨੀ। ਜਿਹੜਾ ਮੇਰੇ ਨਾਲ ਬੈਠਾ ਸੀਗਾ ਉਹ ਆਪਣਾ ਹੋਰ ਦੇਸ਼ ਦਾ ਵੀਰ ਭਰਾ ਸੀਗਾ, ਉਹ ਪੰਜਾਬੀ ਨਹੀਂ ਸੀਗਾ, ਪੰਜਾਬੀ ਸਾਰੇ ਜਾਣਦੇ ਸੀਗੇ। ਸੋ ਹੋਰ ਦੇਸ਼ ਦਾ ਵੀਰ ਭਰਾ ਜਦੋਂ ਬੈਠਾ, ਪਹਿਲਾਂ ਹੀ ਉਹ ਲਾਈਕ ਜਿਹੜੀਆਂ ਬੱਤੀਆਂ ਦੀ ਹੁੰਦੀ ਕਾਰਾਂ ਦੀਆਂ ਦੀ, ਉਹਨੇ ਅੰਗਰੇਜ਼ੀ ਚ ਕਿਹਾ ਇੱਦਾਂ, ਮੈਂ ਨੀ ਕਹਾਂ, ਪਹਿਲਾਂ ਤਾਂ ਮੈਂ ਹੋ ਗਿਆ ਨਰਵਸ ਜਿਹਾ, ਜਦੋਂ ਫਿਰ ਉੱਥੋਂ ਮਾੜੀ ਜਿਹੀ ਕਾਰ ਬਾਹਰ ਨਿਕਲੀ, ਫੇਰ ਤਾਂ ਚੱਕ ਲਓ ਰੱਖ ਲਈ ਸੀ, ਆਏ ਮੁੜ ਕੇ ਕਹਿੰਦੇ ਜੀ ਪਾਸ ਆ। ਤੇ ਹੁਣ ਆਪਾਂ ਨੂੰ N ਮਿਲ ਗਈ ਆ, ਇੱਥੇ ਦਾ ਦੱਸ ਦਿੰਦਾ, N ਮੀਨਸ ਪਹਿਲਾਂ ਮੇਰੇ ਕੋਲ ਸੀ L, ਇੱਕ ਇਨਸਾਨ ਲਾਇਸੈਂਸ ਵਾਲਾ ਬਿਠਾ ਕੇ ਮੈਂ ਚਲਾ ਸਕਦਾ ਸੀ, ਹੁਣ ਮੈਂ ਇਕੱਲਾ ਹੀ ਕਿਤੇ ਵੀ ਕੈਨੇਡਾ ਚ ਗੱਡੀ ਚਲਾ ਸਕਦਾ ਆ ਜੀ। ਤੇ ਸਾਰਿਆਂ ਨੂੰ ਵਧਾਈਆਂ ਜੀ, ਕੰਗ੍ਰੈਚੁਲੇਸ਼ਨਸ। ਸੋ 2023 ਚ ਕਈ ਕੁਛ ਵਧੀਆ ਰਿਹਾ ਤੇ 2024 ਬਾਰੇ ਵੀ ਦੱਸਾਂਗੇ ਕੀ ਸੋਚ ਆ, ਤੁਹਾਨੂੰ ਵੀ ਪੁੱਛਾਂਗੇ। ਸੋ ਤੁਸੀਂ ਕਮੈਂਟਾਂ ਦੱਸਿਓ, ਤੁਸੀਂ ਕਿਹੜੀ ਉਮਰੇ ਲਾਇਸੈਂਸ ਲੈ ਲਿਆ ਸੀ ਜਾਂ ਗੱਡੀ ਚਲਾਈ ਸੀ, ਜੋ ਵੀ ਆ। ਇੰਡੀਆ ਵੀ ਮੈਂ ਕਦੀ ਗੱਡੀ ਨੀ ਚਲਾਈ ਭਰਾਵੋ, ਐਵੇਂ ਕਹਿ ਦਈਏ, ਸਾਡੇ ਕੋਲ ਤਾਂ ਲਾਈਕ ਫਗਵਾੜੇ ਦੇ ਕਿਰਾਏ ਦੇ 7 ਰੁਪਏ ਨਹੀਂ ਸੀ ਹੁੰਦੇ, 7 ਛੱਡੋ ਅੱਧ, 3 ਰੁਪਏ ਨਹੀਂ ਸੀ ਹੁੰਦੇ, ਗੱਡੀ ਕਿੱਥੋਂ ਚਲਾਉਣੀ ਆ। ਮੋਟਰਸਾਈਕਲ ਮਾੜਾ ਮੋਟਾ ਚਲਾਇਆ, ਸਪਲੈਂਡਰ, ਗੱਡੀ ਇੰਡੀਆ ਤਾਂ ਮੈਂ ਚਲਾਈ ਨਹੀਂ ਸੀ, ਠੀਕ ਹੈ ਨਾ। ਸੋ ਇਹ ਚੱਕਰ ਆ ਜੀ, ਬਹੁਤ ਖੁਸ਼ੀ ਆ ਜੀ, ਆਪਾਂ ਲਾਇਸੈਂਸ ਲੈ ਲਿਆ, ਸ਼ੁਕਰੀਆ। ਇਹੀ ਕਹਿਣਾ ਆ, ਹਮੇਸ਼ਾ ਹੀ ਦੂਜੇ ਨਾਲ ਨਾ ਕੰਪੇਅਰ ਕਰੋ ਵੀ ਭਾਈ ਤੂੰ ਇੰਨੀ ਲੇਟ ਹੋ ਗਿਆ, ਇਟਸ ਨੈਵਰ ਟੂ ਲੇਟ, ਠੀਕ ਹੈ ਜੀ। ਇੱਕ ਗੱਲ ਹਮੇਸ਼ਾ ਹੀ ਮਾਇੰਡ 'ਚ ਰੱਖਿਓ, ਇਹ ਕਦੇ ਲੇਟ ਨਹੀਂ। ਹੁਣ ਜੇ ਤੁਹਾਡਾ ਕੋਈ ਸੁਪਨਾ ਆ ਵੀ ਮੈਂ ਆਹ ਕਰਨਾ ਉਹ ਕਰਨਾ, ਜੇ ਤੁਸੀਂ ਸੋਚੋ ਮੇਰੀ ਉਮਰ ਇੰਨੀ ਹੋ ਗਈ, ਇਟਸ ਨੈਵਰ ਟੂ ਲੇਟ, ਠੀਕ ਹੈ ਜੀ। KFC ਵਾਲਾ 65 ਸਾਲ ਦੀ ਉਮਰ ਸ਼ੁਰੂ ਹੋਇਆ, ਮੈਕਡੋਨਲਡ ਵਾਲਾ ਰੇਕ ਰੌਕ ਉਹ ਵੀ 52 ਸਾਲ ਦੀ ਉਮਰ 'ਚ ਸ਼ੁਰੂ ਹੋਇਆ, ਬਾਲਮਾਰਟ ਸਾਰੀ ਦੁਨੀਆਂ 'ਚ, ਸੈਮ ਬਾਲਟਨ ਉਹ ਵੀ 50 ਸਾਲ ਦੀ ਉਮਰ 'ਚ ਸ਼ੁਰੂ ਹੋਇਆ। ਕਾਫੀ ਧਾਰਨਾ ਇੱਦਾਂ ਗੋਰਿਆਂ ਦੀਆਂ। ਸੋ ਕਦੇ ਵੀ ਇਹ ਉਹ ਨਹੀਂ, ਕਦੀ ਕਿਸੇ ਨਾਲ ਕੰਪੇਅਰ ਨਾ ਕਰੋ, ਠੀਕ ਹੈ ਜੀ। ਤੇ ਮਿਲਦੇ ਹਾਂ ਫਿਰ, ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਥੈਂਕ ਯੂ ਰੰਗੀ ਵੀਰੇ, ਸ਼ੁਕਰੀਆ। ਤੇ ਅੱਜ 30 ਤਰੀਕ ਆ, 31 ਤਰੀਕ ਨੂੰ ਜਦੋਂ ਨਵਾਂ ਸਾਲ ਆਉਣਾ, ਤਿੱਥੇ ਗੋਰੇ ਗੋਰੀਆਂ ਠੰਡੇ ਪਾਣੀ 'ਚ ਛਾਲਾਂ ਮਾਰਦੇ ਹੁੰਦੇ ਆ, ਮੈਂ ਤੁਹਾਨੂੰ ਉਹ ਦਿਖਾਊਂਗਾ। ਤੇ ਸ਼ੁਕਰੀਆ, ਲਵ ਯੂ ਆਲ, ਤੁਹਾਡੇ ਸਾਰਿਆਂ ਦਾ ਇੱਦਾਂ ਹੀ ਪਿਆਰ ਸਤਿਕਾਰ ਰਵੇ। ਤੇ 2024 'ਚ ਘੁੰਮਣਾ ਵੀ ਬਹੁਤ ਆ ਮੈਂ, ਤੇ ਉਹ ਵੀ ਤੁਹਾਨੂੰ ਸਾਰੇ ਦਿਖਾਵਾਂਗੇ। ਤੇ ਸ਼ੁਕਰੀਆ ਸਭ ਦਾ। ਤੇ ਬਾਕੀ ਕਈਆਂ ਦਾ ਭੇਡਾਂ ਦਾ ਭੁਲੇਖਾ ਆ, ਖਰੇ ਰਿਫਿਊਜੀ ਆ, ਤਾਂ ਮੋਦੀ ਨੂੰ ਭੰਡਦਾ ਰਹਿੰਦਾ। ਪੀ ਆ ਰਿਹਾ ਭਰਾਵੋ ਤੁਹਾਡਾ ਵੀਰ, ਠੀਕ ਹੈ ਨਾ। ਜੇ ਉਹ ਬਾਕੀ ਸਫਾਈਆਂ ਮੈਨੂੰ ਵਾਲੀਆਂ ਲੋਕਾਂ ਦੇਣ ਦੀ ਲੋੜ ਨਹੀਂ, ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਜਦੋਂ ਮੈਂ ਕਿਸੇ ਹੋਰ ਦੇਸ਼ 'ਚ ਜਾ ਕੇ ਵੀਡੀਓ ਪਾਉਣੀ ਆ, ਠੀਕ ਹੈ ਨਾ।
समझे ना, बंदे ने जे रिफ्यूजी लाया हो जे पी आ रही है नहीं, फिर दूजे देश कि चल जू। सो होर देशा तो वीडियो आगे फिर दसा गे। देख लो है बेनती है भरावो, तुसी मानते पैसे है नहीं गे, आपां तां बेनती कर ही सकते हैं, ठीक है। इट्स नेवर टू लेट एंड नेवर गिव अप, कदे हार नहीं मननी चाहिए। चलो पिछले 4-5 साल तो मैं कही जाना, ठीक है, कोई करता कोई नहीं करता, मैं तो अपना काम कर रहा ना, थानू कह भी भाई इना माड़ा जा क्लिक कर दिया करो, समझे ना। सो आप भी कही जाना, ठीक है ना, ये भी आप हार नहीं मननी। सो मेहनत नू कदे दा फल लगूगा, कदे दा लोग समझणगे भी यार नहीं है ना, भी एडा कड़ा काम आ कहिंदा हुंदा सीगा। देखो जी आ वीडियो चलती आई ते लिंक पा देना जदों मुकनी आ, वट्सएप वाला भी पा देना, वह भी कर लियो। लो जी इंदी रेडियो एक कुत्ते ऐड आनी है, एक थले आनी है, उन्हां दी साइट देखनी हुंदी आ, ना कुछ तुसी बाय करना, ना कुछ थोड़े पैसे, ना थोड़ा समा जाता हो, भरावा मेरे तो पैसे लै गया, मेरा समा हो करता। बेस्ट बाय इत्थे मान लो जिथे तुसी रहने उत्थे दी बेस्ट बाय कंपनी, कहिंदे सेल लग गई घड़ियां दी, लो जी इन्ना काम आ, बस शुक्रिया जी। ते थैंक यू सारिआं दा, इदां ही सपोर्ट रखियो, ते धन्नवाद, जांदे जांदे भेड बुला दईए, शुक्रिया, धन्नवाद सारिआं नूं, सति श्री अकाल। ते भेडां दी गराहे रखणी आ, 2024 च भी मोदी आना आ, ये मैं थानू दसू क्यों, पता ही है थानू अयोध्या च हुण की चल रहा, ठीक है जी। ते मोदी मैं लिख के दे सकदा पेपर ते, 2024 चलो वधिया मोदी आवे, साडा भी मेरा भी वधिया चली जांदा मोदी नाल, जे मोदी चल गया फिर किहदी मैं करांगे कि नहीं, सच्ची गल आ, समझे ना। सो मोदी जित जाना आ, ठीक आ, कर की सकदा मैं इत्थे बैठा, दसो हांजी, उहनां दा वोट बैंक जो अयोध्या चो कर रहे आ, ਹਾਂਜੀ। ਸੋ ਸਭ ਨੂੰ ਸਾਨੂੰ ਪਤਾ ਹੀ ਆ, ਬਾਕੀ ਆਪਾਂ ਧਰਮ ਤੇ ਤਾਂ ਕਿੰਤੂ ਪਰੰਤੂ ਨਾ ਕਦੀ ਕੀਤਾ ਨਾ ਕਦੀ ਕਰਨਾ। ਸੋ ਹੁਣ ਵੋਟਾਂ ਵੀ ਆਉਣ ਵਾਲੀਆਂ 2024 ਚ, ਸਾਰਿਆਂ ਨੂੰ ਪਤਾ ਹੀ ਆ ਕਿ ਕੀ ਚੱਲ ਰਿਹਾ ਆ। ਤੇ ਸਾਰਿਆਂ ਸਤਿ ਸ਼੍ਰੀ ਅਕਾਲ, ਤੇ ਭੇਡਾਂ ਦੀ ਤੇ ਲਿਖ ਦਿਓ ਕੌਂਚਰਾਚੁਲੇਸ਼ਨ, ਸ਼ੁਕਰੀਆ।